शिवसेना पंजाब के कार्यालय पठानकोट में उत्तर भारत चेयरमैन व हिमाचल प्रभारी सतीश महाजन की अध्यक्षता में प्रेस वार्ता के दौरान बताया कि केंद्र सरकार द्वारा खालिस्तानी आतंकवादियों के नाम घोषित करके सराहनीय काम किया है। गुरपतवंत सिंह पन्नू को आतंकवादी घोषित कर उसके साथ रंधावा और अन्य 9 साथी समेत आतंकवादी घोषित करना बहुत बड़ी कामयाबी है। मैं सतीश महाजन, शिवसेना पंजाब, उत्तर भारत चेयरमैन, हिमाचल प्रभारी। बड़ा ही सराहनीय कदम जिहड़ा सेंटर सरकार ने किया भी जिहड़े 9 अंतवादी जिन्हां विच मेन सी पन्नू और उहदे 8 साथी होर जिहड़े 4 पाकिस्तान दे विच रह रहे ना और 2 जर्मनी 'च, 1 कनेडा 'च, 1 USA 'च और 1 UK 'च, ਇਹ ਇਹਨਾਂ ਦੇ ਲਿੰਕ ਜਿਹੜੇ ਨਾ ਨੌਜਵਾਨ ਮੁੰਡੇ ਸਾਡੇ ਜਿਹੜੇ ਪੰਜਾਬ ਦੇ ਨਾ ਉਹਨਾਂ ਨੂੰ ਇਹ ਫੰਡਿੰਗ ਕਰਕੇ ਅਤੇ ਉਹਨਾਂ ਨੂੰ ਨਸ਼ੇ ਵੱਲ ਧਕੇਲ ਦੇਣਾ ਔਰ ਉਹਨਾਂ ਨੂੰ ਅੱਤਵਾਦ 'ਚ ਧਕੇਲ ਦੇਣਾ। ਅਸੀਂ ਇਹਦਾ ਵਿਰੋਧ ਕਰਦੇ ਹਾਂ। ਅਸੀਂ ਸੈਂਟਰ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਔਰ ਪੰਜਾਬ ਸਰਕਾਰ ਅੱਗੇ ਵੀ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕਰਕੇ ਪੰਜਾਬ 'ਚ ਲਿਆਤਾ ਜਾਏ ਔਰ ਲਿਆ ਕੇ ਇਹਨਾਂ ਨੂੰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਇਹਨਾਂ ਉੱਤੇ ਕੀਤੀ ਜਾਵੇ, ਕਿਉਂਕਿ ਇੱਕ ਆਤੰਕਵਾਦੀ ਜਿਹੜਾ ਉਹਦੀ ਸਜ਼ਾ ਜਿਹੜੀ ਆ ਮੌਤ ਦੀ ਹੁੰਦੀ ਆ ਔਰ ਇਹਨਾਂ ਨੂੰ ਫਾਂਸੀ ਸਜ਼ਾ ਜਿਹੜੀ ਉਹ ਦੇਣੀ ਚਾਹੀਦੀ ਆ, ਕਿਉਂਕਿ ਆਤੰਕਵਾਦ ਦੀ ਵਜ੍ਹਾ ਨਾਲ ਹੀ ਪੰਜਾਬ ਜਿਹੜਾ ਕਿ ਇੰਨੇ ਸਾਲ ਪਿੱਛੇ ਚਲਾ ਗਿਆ। ਜਿਨ੍ਹਾਂ ਨੇ ਇਹ 84 ਦਾ ਦੌਰ ਦੇਖਿਆ 95 ਤੱਕ, ਉਹ ਉਹਨਾਂ ਦੇ ਅੱਜ ਵੀ ਰੂਹ ਕੰਡੇ ਜਿਹੜੇ ਨਾ ਅੱਤਵਾਦ ਦਾ ਨਾਂ ਸੁਣ ਕੇ ਜਿਹੜੇ ਖੜ੍ਹੇ ਹੋ ਜਾਂਦੇ ਨਾ। ਅਸੀਂ ਸੈਂਟਰ ਸਰਕਾਰ ਦੀ ਸਰਾਹਨਾ ਕਰਦੇ ਹਾਂ, ਖਾਸ ਕਰਕੇ DGP ਗੁਪਤਾ ਜੀ ਜਿਹੜੇ ਸਾਡੇ ਬੈਠੇ ਨਾ, ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਔਰ ਇਹ ਇਹਨਾਂ ਨੂੰ ਬਹੁਤ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਦੇ ਮਰਨ ਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ। ਜੈ ਹਿੰਦ। ਪਠਾਨਕੋਟ ਸੇ ਅਜੇ ਕੁਮਾਰ ਕੀ ਰਿਪੋਰਟ।